ਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਪ੍ਰੋਗਰਾਮ ਕਰਾਂਗੇ ਮੇਰੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਕੰਵਰ ਸਾਹਿਬ ਔਰ ਕੰਵਰ ਸਾਹਿਬ ਯੂਕੇ ਦੇ ਮੰਨੇ ਪ੍ਰਮੰਨੇ ਸਟੂਡੈਂਟ ਐਡਵਾਈਜ਼ਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਇਹਨਾਂ ਤੋਂ ਐਡਵਾਈਸ ਲੈਂਦੇ ਨੇ ਔਰ ਯੂਕੇ ਦੇ ਉੱਤੇ ਖਾਸ ਮਹਾਰਤ ਹਾਸਲ ਹੈ ਔਰ ਖੁਦ ਵੀ ਯੂਕੇ ਤੋਂ ਪੜੇ ਹੋਏ ਨੇ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਐਡਵਾਂਟੇਜ ਵਾਲੀ ਗੱਲ ਹੈ ਸੋ ਕਿਉਂਕਿ ਅੱਜ ਕੱਲ ਯੂਕੇ ਦਾ ਦੌਰ ਚੱਲ ਰਿਹਾ ਹੈ ਕੈਨੇਡਾ ਤੋਂ ਵੱਡੀ ਗਿਣਤੀ ਚ ਵਿਦਿਆਰਥੀਆਂ ਦਾ ਜਿਹੜਾ ਟ੍ਰੈਂਡ ਹੈ ਉਹ ਯੂਕੇ ਵੱਲ ਨੂੰ ਦੇਖਣ ਨੂੰ ਮਿਲ ਰਿਹਾ ਸੋ ਯੂਕੇ ਦੇ ਵਿੱਚ ਹੁਣ ਪੰਜ ਬੈਂਡ ਦੇ ਨਾਲ ਐਡਮਿਸ਼ਨ ਸੋ ਯੂਕੇ ਵਿਦ ਫਾਈਵ ਬੈਂਡ ਇਹੀ ਸਾਡਾ ਅੱਜ ਦਾ ਟੌਪਿਕ ਹੈ ਇਹਨੂੰ ਐਕਸਪਲੇਨ ਕਰਨਗੇ ਕਮਰ ਸਾਹਿਬ ਕਮਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਦੱਲਾ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸੋ ਚੈਨਲ ਨੂੰ ਤੁਰੰਤ ਸਬਸਕ੍ਰਾਈਬ ਕਰ ਲਓ ਹਰ ਰੋਜ਼ 10:30 ਵਜੇ ਇੱਕ ਵੀਡੀਓ ਕਮਰ ਸਾਹਿਬ ਦੀ ਯੂਕੇ ਵਿਦ ਫਾਈਵ ਬੈਂਡ ਇਹਨੂੰ ਐਕਸਪਲੇਨ ਕਰ ਜ਼ਰੂਰ ਕਰੋ ਦੇਖੋ ਯੂਕੇ ਆਪਾਂ ਸਾਰੇ ਜਾਣਦੇ ਆ ਕਿ ਵਿਦਆਊਟ ਆਇਲੈਟਸ ਤੇ ਵਿਦ ਆਇਲੈਟਸ ਦੋਨੋਂ ਤਰੀਕੇ ਨਾਲ ਫੇਮਸ ਹੈ ਵਿਦਆਊਟ ਆਇਲੈਟਸ ਦੀ ਜਦੋਂ ਗੱਲ ਕਰਦੇ ਕਿਉਂਕਿ ਮੈਂ ਪਹਿਲਾਂ ਉਹਨੂੰ ਨਿਬੇੜ ਦੇਣਾ ਕਿ ਸ਼ੋਅ ਚ ਪੰਜ ਬੈਂਡ ਕਿਉਂ ਕਹਤਾ ਜੀ ਯੂਕੇ ਦਾ ਵਿਦਆਊਟ ਆਇਲੈਟਸ ਚੱਲਦਾ ਸੋ ਵਿਦਆਊਟ ਆਇਲੈਟਸ ਦੇ ਵਿੱਚ ਕੁਝ ਕੰਡੀਸ਼ਨਾਂ ਹੁੰਦੀਆਂ ਨੇ ਕੰਡੀਸ਼ਨਾਂ ਕੀ ਹੁੰਦੀਆਂ ਨੇ ਕਿ ਤੁਹਾਡਾ +2 ਦਾ ਇੰਗਲਿਸ਼ ਸਬਜੈਕਟ ਦਾ ਸਕੋਰ ਦੇਖਿਆ ਜਾਂਦਾ ਸੋ ਜਿਹੜਾ +2 ਦਾ ਇੰਗਲਿਸ਼ ਸਬਜੈਕਟ ਦਾ ਸਕੋਰ ਹੈ ਉਹ ਆਪਾਂ ਨੂੰ 70% ਚਾਹੀਦਾ ਹੁੰਦਾ ਹੈ ਅਗਰ ਆਪਾਂ CBSE ਦੇ ਬੋਰਡ ਦੇ ਸਟੂਡੈਂਟ ਹਨ ਔਰ ਅਗਰ ਆਪਾਂ ਪੰਜਾਬ ਬੋਰਡ ਦੇ ਸਟੂਡੈਂਟ ਹਨ ਤਾਂ ਆਪਾਂ ਨੂੰ 80% ਚਾਹੀਦਾ ਹੁੰਦਾ ਹੈ ਜਾਂ ਫਿਰ ਆਪਣੀ ਗ੍ਰੈਜੂਏਸ਼ਨ ਇੱਕਦਮ ਰੀਸੈਂਟ ਸਾਲ ਦੋ ਸਾਲ ਪਹਿਲਾਂ ਹੋਈ ਹੋਵੇ ਤੇ ਪੂਰੀ ਗ੍ਰੈਜੂਏਸ਼ਨ ਇੰਗਲਿਸ਼ మీడియం ਚ ਹੋਈ ਹੋਵੇ ਤੇ ਇਨ੍ਹਾਂ ਕੇਸਾਂ ਚ ਆਪਾਂ ਨੂੰ ਆਈਲਟਸ ਦੀ ਲੋੜ ਨਹੀਂ ਪੈਂਦੀ ਤਕਰੀਬਨ ਜਿੰਨਾ ਵੀ ਬੱਚਾ ਸਾਡੇ ਕੋਲ ਅਪਲਾਈ ਕਰਦਾ ਹੈ ਮੰਨ ਲਓ ਕਿ ਜੇ ਐਸ ਇਨਟੇਕ ਚ ਅਸੀਂ 500 ਫਾਈਲਾਂ ਪਲੱਸ ਤੇ ਕੰਮ ਕਰ ਰਹੇ ਹਾਂ ਤਾਂ 300 ਬੱਚਾ ਵਿਦਆਊਟ ਆਇਲਟਸ ਹੈ ਸੋ ਬਹੁਤ ਸਾਰਾ ਬੱਚਾ ਜਿਹੜਾ ਉਹਦੇ ਚ ਫਿੱਟ ਹੋ ਜਾਂਦਾ ਹੈ ਕਈ ਹੋਰ ਵੀ ਆਪਸ਼ਨ ਨਿਕਲਦੀਆਂ ਰਹਿੰਦੀਆਂ ਨੇ ਬਟ ਜਨੂਰੀ ਇਨਟੇਕ ਦੇ ਵਿੱਚ ਇੱਕ ਖਾਸ ਚੀਜ਼ ਕਿਉਂਕਿ ਜਿਹੜੇ ਬੱਚੇ ਕੋਲ ਐ ਸਕੋਰ ਨਹੀਂ ਹੁੰਦਾ ਪਲੱਸ 2 ਦਾ ਜਾਂ ਗ੍ਰੈਜੂਏਸ਼ਨ ਰੀਸੈਂਟ ਨਹੀਂ ਹੁੰਦੀ ਤਾਂ ਉਹਨੂੰ ਆਪਸ਼ਨ ਕੀ ਹੁੰਦੀ ਹੈ ਫਿਰ ਕਿ ਉਹਨੂੰ ਆਇਲਸ ਜਾਂ ਪੀਟੀ ਜਾਂ ਡਿਲਿੰਗੋ ਕਰਨਾ ਪੈਂਦਾ ਹੈ ਉਹ ਰਾਜ ਜਦੋਂ ਆਇਲਟਸ ਦੀ ਗੱਲ ਕਰਦਾ ਹੈ ਤੇ ਉਹਨੂੰ 6 ਓਵਰਆਲ ਬਣਾਉਣੇ ਪੈਂਦੇ ਨੇ 5.5 ਜੀਚ ਬਣਾਉਣੇ ਪੈਂਦੇ ਨੇ ਤਾਂ ਹੀ ਐਡਮਿਸ਼ਨ ਹੁੰਦਾ ਚਾਹੇ ਪਲੱਸ 2 ਸਟੂਡੈਂਟ ਹੈ ਚਾਹੇ ਗ੍ਰੈਜੂਏਸ਼ਨ ਬਟ ਜਨੂਅਰੀ ਇਨਟੇਕ ਦੇ ਵਿੱਚ ਇੱਕ ਕੁਝ ਸਪੈਸ਼ਲ ਹੁੰਦਾ ਹੈ ਤੇ ਡਿਫਰੈਂਟ ਹੁੰਦਾ ਉਹ ਕੀ ਹੁੰਦਾ ਕਿਉਂਕਿ ਜਨੂਅਰੀ ਦੇ ਵਿੱਚ ਬਹੁਤ ਸਾਰੇ ਫਾਊਂਡੇਸ਼ਨ ਪ੍ਰੋਗਰਾਮ ਸਟਾਰਟ ਹੁੰਦੇ ਨੇ ਤੇ ਬਹੁਤ ਸਾਰੇ ਪ੍ਰੀ ਮਾਸਟਰ ਪ੍ਰੋਗਰਾਮ ਸਟਾਰਟ ਹੁੰਦੇ ਨੇ ਔਰ ਇਹ ਪ੍ਰੋਗਰਾਮਾਂ ਦੇ ਵਿੱਚ ਉਹ ਬੱਚੇ ਜਾ ਸਕਦੇ ਆ ਜਿਹੜੇ ਇੰਗਲਿਸ਼ ਦੀਆਂ ਰਿਕੁਆਇਰਮੈਂਟਾਂ ਪਹਿਲਾਂ ਪੂਰਾ ਨਹੀਂ ਕਰ ਸਕੇ ਜਿਨ੍ਹਾਂ ਕੋਲ 70% 80% ਵੀ ਨਹੀਂ ਸੀ ਜਿਹੜੇ ਕੋਸ਼ਿਸ਼ ਕਰਕੇ ਵੀ 6 ਬੈਂਡ ਓਵਰオール 5.5 ਜੀਚ ਨਹੀਂ ਬਣਾ ਸਕੇ ਤਾਂ ਉਹ ਬੱਚੇ 5 ਬੈਂਡ ਲੈ ਸਕਦੇ ਆ ਔਰ ਇਹ ਜਿਹੜਾ ਪੇਪਰ ਆਈਲਟਸ ਦਾ ਹੀ ਹੈ ਤਿਆਰੀ ਸੇਮ ਆ ਪੇਪਰ ਦਾ ਸਟਾਈਲ ਸੇਮ ਆ ਸਾਰੀ ਪ੍ਰੈਕਟਿਸ ਸੇਮ ਆ ਓਨਲੀ ਡਿਫਰੈਂਸ ਹੈ ਜਦੋਂ ਤੁਸੀਂ ਬੁੱਕ ਕਰਨਾ ਹੈ ਤੇ ਉਹ UKVI ਆਇਲੈਂਡਸ ਪੇ ਵਾਲਾ ਪੇਪਰ ਬੁੱਕ ਕਰਨਾ ਹੈ ਨੋਰਮਲ ਆਇਲੈਂਡਸ ਪੇਪਰ ਬੁੱਕ ਨਹੀਂ ਕਰਨਾ ਇਹਦੇ ਵਿੱਚ 2-3000 ਫੀਸ ਦਾ ਅੰਤਰ ਹੁੰਦਾ ਹੈ ਪੇਪਰ 'ਤੇ ਉਹ ਅੰਤਰ ਕਿਉਂ ਹੁੰਦਾ ਹੈ ਕਿਉਂਕਿ ਇਹ ਪੇਪਰ ਦੀ ਸਿਰਫ ਇੱਕ ਹੀ ਖਾਸੀਅਤ ਹੈ ਕਿ ਪੇਪਰ ਸੇਮ ਹੈ ਬਟ ਇਹਦੀ ਵੀਡੀਓ ਰਿਕਾਰਡਿੰਗ ਹੋਈ ਹੁੰਦੀ ਹੈ ਪੂਰੇ ਪੇਪਰ ਦੀ ਤਾਂ ਕਰਕੇ ਇਹਦੇ ਘੱਟ ਸਕੋਰ ਦੇ ਉੱਤੇ ਵੀ ਯੂਕੇ ਤੁਹਾਨੂੰ ਐਡਮਿਸ਼ਨ ਦਿੰਦਾ ਹੈ ਕਿਉਂਕਿ ਇਹ ਪੇਪਰ ਸਪੈਸ਼ਲ ਯੂਕੇ ਐਮਬੈਸੀ ਦੇ ਨਾਲ ਕੰਟੈਕਟ ਕਰਕੇ ਕੈਂਬਰੇਜ ਯੂਨੀਵਰਸਿਟੀ ਨੇ ਜਿਹੜੀ ਕਿ ਹਾਈਲਾਈਟਸ ਦਾ ਪੇਪਰ ਬਣਾਉਂਦੀ ਹੈ ਉਹਨੇ ਬਣਾਇਆ ਸੋ ਇਹਦੇ ਕਰਕੇ ਅਗਰ ਤੁਹਾਡੇ 5 ਬੈਂਡ ਓਵਰਆਲ ਆ ਜਾਂਦੇ ਆ ਯੂਕੇ ਵੀਆਈ ਹਾਈਲਾਈਟਸ ਦੇ ਵਿੱਚ ਔਰ 4.5 ਬੈਂਡ ਈਚ ਮੋਡਿਊਲ ਆਉਂਦੇ ਆ ਚਾਹੇ ਤੁਸੀਂ ਪਲੱਸ 2 ਵਾਲੇ ਹੋ ਔਰ ਚਾਹੇ ਗ੍ਰੈਜੂਏਟ ਹੋ ਤਾਂ ਤੁਸੀਂ ਗ੍ਰੈਜੂਏਸ਼ਨ ਵਾਲੇ ਬੱਚੇ ਪ੍ਰੀ ਮਾਸਟਰ ਦੇ ਥਰੂ ਜਾ ਸਕਦੇ ਆ ਔਰ ਪਲੱਸ 2 ਵਾਲੇ ਬੱਚੇ ਸਿੱਧਾ ਆਪਣੇ ਫਾਊਂਡੇਸ਼ਨ ਪ੍ਰੋਗਰਾਮ ਐਂਡ ਦੈਨ ਟੂ ਗ੍ਰੈਜੂਏਸ਼ਨ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਆ ਸੋ ਆਹ ਬੈਨੀਫਿਟ ਤੁਹਾਨੂੰ ਕਈ ਯੂਨੀਵਰਸਿਟੀਆਂ ਦੇ ਸਕਦੀਆਂ ਨੇ ਬਟ ਆਪਾਂ ਸਾਰੇ ਜਾਣਦੇ ਆ ਕਿ ਜਨਵਰੀ ਚ ਐਟ ਦ ਸੇਮ ਟਾਈਮ ਆਪਸ਼ਨ ਲਿਮਟਿਡ ਵੀ ਹੁੰਦੀਆਂ ਨੇ ਸੋ ਤੁਹਾਡੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਹੈਗਾ ਇਮੀਡੀਏਟਲੀ ਤੁਹਾਨੂੰ ਯੂਕੇਵੀਆਈ ਆਇਲਸ ਦੇ ਐਗਜ਼ਾਮ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਔਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਗਸਤ ਮਿਡ ਤੱਕ ਐਗਜ਼ਾਮ ਕਲੀਅਰ ਹੋ ਕਾ ਹੋਵੇ ਤਾਂ ਕਿ ਤੁਸੀਂ ਜਨਵਰੀ ਦੀ ਆਪਣੀ ਐਡਮਿਸ਼ਨ ਟਾਈਮ ਸਿਰ ਪਾ ਸਕੋ ਬਰੋਡਵੇ ਵੱਲੋਂ ਅਸੀਂ ਸਪੈਸ਼ਲ ਯੂਕੇਵੀਆਈ ਹਾਈਲਾਈਟਸ ਦੀਆਂ ਕਲਾਸਿਸ ਆਪਣੇ ਜਲੰਧਰ ਸੈਂਟਰ 'ਚ ਚਲਾ ਰਹੇ ਹਾਂ ਸੋ ਜਿਹੜੇ ਬੱਚੇ ਜੁਆਇਨ ਕਰਨਾ ਚਾਹੁੰਦੇ ਆ ਜਿਹੜੇ ਸਾਨੂੰ ਕੇਸ ਰਜਿਸਟਰ ਕਰਨਗੇ ਉਹਨਾਂ ਲਈ ਇਹ ਪੇਪਰ ਦੀ ਪ੍ਰੈਕਟਿਸ ਫ੍ਰੀ ਹੈ ਜਿਹੜੇ ਉਧਾ ਕਰਨਾ ਚਾਹੁੰਦੇ ਨੇ ਉਹ ਵੀ ਮੋਸਟ ਵੈਲਕਮ ਆਪਣੀ ਫੀਸ ਦੇ ਕੇ ਅਕੈਡਮੀ ਦੇ ਵਿੱਚ ਸਪੈਸ਼ਲ ਯੂਕੇਵੀਆਈ ਹਾਈਲਸ ਸਾਡੇ ਨਾਲ ਕਰ ਸਕਦੇ ਆ ਬਿਲਕੁਲ ਠੀਕ ਹੈ ਜੀ ਸੋ ਕਾਫੀ ਕਲੈਰਿਟੀ ਜਿਹੜੀ ਹੈ ਮੈਨੂੰ ਲੱਗਦਾ ਹੈ ਵਿਦਿਆਰਥੀਆਂ ਨੂੰ ਹੋ ਗਈ ਫਿਰ ਵੀ ਕੋਈ ਕਨਫਿਊਜ਼ਨ ਹੈ 90238 90238 ਤੇ ਤੁਰੰਤ ਤੁਸੀਂ ਟੈਲੀਫੋਨ ਕਰੋ ਅਮਰਜੀਤ ਸਿੰਘ ਕਵਰ ਹੋਣਾ ਦੇ ਨਾਲ ਨਿੱਜੀ ਤੌਰ ਦੇ ਉੱਤੇ ਮੁਲਾਕਾਤ ਕਰੋ ਟਾਈਮ ਲੈ ਕੇ ਮਿਲੋ ਜਾਂ ਬਰੌਡਵੇ ਇਮੀਗ੍ਰੇਸ਼ਨ ਦੇ ਕਿਸੇ ਵੀ ਆਫਿਸ ਜਾਂ ਆਨਲਾਈਨ ਤੁਸੀਂ ਸੰਪਰਕ ਕਰ ਸਕਦੇ ਹੋ ਇਸੇ ਨੰਬਰ ਤੇ ਤੁਸੀਂ ਆਪਣਾ ਮੈਸੇਜ ਵੀ ਡ੍ਰੌਪ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਸੱਚ ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ